ਦੇਖੋ ਜਲੰਧਰ ਬਹੁਤ ਪੜ੍ਹੇ ਲਿਖੇ ਲੋਕਾਂ ਦਾ ਇਲਾਕਾ, ਦੁਆਬੇ ਦਾ ਇਲਾਕਾ ਹੈ ਤੇ ਆਮ ਆਦਮੀ ਪਾਰਟੀ ਦਾ ਇੱਥੇ ਬਹੁਤ ਬੇਸ ਆ ਨੌਜਵਾਨਾਂ ਤੇ ਯੂਥ 'ਚ, NRI ਇਲਾਕਾ ਹੈ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਮੈਨੂੰ ਟਿਕਟ ਦਿੱਤੀ ਹੈ, ਜ਼ਿੰਮੇਵਾਰੀ ਦਿੱਤੀ ਹੈ ਬਹੁਤ ਵੱਡੀ। ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ, ਭਗਵੰਤ ਸਿੰਘ ਮਾਨ ਜੀ ਦਾ ਔਰ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ, ਕਿ ਕਿਉਂਕਿ 22 ਦਾ ਜੋ ਫਤਵਾ ਦਿੱਤਾ ਨਾ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ, ਉਹਦੀ ਰਿਸਪੈਕਟ ਕਰਦੇ ਹੋਏ ਸਾਨੂੰ ਸਭ ਨੂੰ ਜਲੰਧਰ ਦੇ ਵਿਕਾਸ ਲਈ, ਜਲੰਧਰ ਦੀ ਡਿਵੈਲਪਮੈਂਟ ਵਾਸਤੇ ਸਭ ਨੂੰ ਆਮ ਆਦਮੀ ਪਾਰਟੀ ਦੀ ਮਦਦ ਕਰਨੀ ਚਾਹੀਦੀ ਹੈ। ਦੂਜਾ, ਕੇਂਦਰ 'ਚ ਮਜ਼ਬੂਤ MP ਇੱਥੋਂ ਜਾਣਾ ਚਾਹੀਦਾ ਹੈ। ਜਿਹੜੇ ਕਾਂਗਰਸ ਦੇ ਕੈਂਡੀਡੇਟ ਆ ਉਹ ਤਾਂ ਜਲੰਧਰ ਦੇ ਹੈ ਹੀ ਨਹੀਂ, ਉਹ ਤਾਂ ਆਏ ਦਰਿਆਓਂ ਪਾਰ। ਉਹਨਾਂ ਦਾ ਜਿਹੜਾ ਰਿਕਾਰਡ ਆ, ਟਰੈਕ ਰਿਕਾਰਡ ਆ, ਉਹ ਵੀ ਜਲੰਧਰ ਵਾਲੇ ਜ਼ਰੂਰ ਦੇਖਣਗੇ ਕਿ ਉਹ ਚੀਫ ਮਿਨਿਸਟਰ ਰਹਿੰਦਿਆਂ ਉਹ ਆਪਣੀਆਂ 2 ਸੀਟਾਂ ਤੋਂ ਬੁਰੀ ਤਰ੍ਹਾਂ ਹਾਰੇ, ਜ਼ਮਾਨਤ ਜ਼ਬਤ ਹੋਈ ਉਹਨਾਂ ਦੀ। ਕਦੀ ਇੱਦਾਂ ਨਹੀਂ ਹੋਇਆ ਵੀ ਸਿਟਿੰਗ ਮੁੱਖ ਮੰਤਰੀ 2 ਸੀਟਾਂ ਤੋਂ ਬੁਰੀ ਤਰ੍ਹਾਂ ਹਾਰ ਗਈ। ਇਹ ਗੱਲ ਸ਼ੋਅ ਕਰਦਾ ਕਿ ਬਤੌਰ ਮੰਤਰੀ ਰਹਿੰਦੇ ਹਾਂ 4.5 ਸਾਲ ਅਤੇ ਫਿਰ 3 ਮਹੀਨੇ ਮੁੱਖ ਮੰਤਰੀ ਰਹਿੰਦੇ ਹਾਂ, ਉਹਨਾਂ ਦਾ ਆਪਣੇ ਹਲਕੇ ਵਿੱਚ ਵਿਚਰਨਾ ਠੀਕ ਨਹੀਂ ਸੀ, ਉਹਨਾਂ ਦੀ ਪਰਫਾਰਮੈਂਸ ਠੀਕ ਨਹੀਂ ਸੀ, ਇਸ ਕਰਕੇ ਉੱਥੇ ਦੇ ਲੋਕਾਂ ਨੇ ਉਹਨਾਂ ਨੂੰ ਹਰਾਇਆ ਅਤੇ ਹੁਣ ਉਹ ਨਵੀਂ ਜਗ੍ਹਾ 'ਤੇ ਆ ਰਹੇ ਆ। ਹੁਣ ਜਦੋਂ ਉਹ ਨਵੀਂ ਜਗ੍ਹਾ 'ਤੇ ਆ ਰਹੇ ਆ ਅਤੇ ਮਾੜਾ ਚੰਗਾ ਰਿਕਾਰਡ ਤਾਂ ਨਾਲੋਂ ਨਾਲ ਆਉਂਦਾ ਆ। ਸੋ ਉਹਨਾਂ ਦੇ ਜਿਹੜੇ ਜਲੰਧਰ ਦੇ ਵਿੱਚ ਬੈਠੇ ਲੋਕ ਆ, ਉਹਨਾਂ ਨੂੰ ਪੂਰੀ ਸਮਝ ਆ ਕਿ ਬਾਅਦ ਵਿੱਚ ਕੰਮ ਕਰਾਉਣੇ ਆ, ਕੰਮ ਕਰਾਉਣ ਖਰੜ ਤਾਂ ਜਾਣਾ ਨਹੀਂ ਕਿਸੇ ਨੇ। ਅਤੇ ਬਹੁਤ ਸਾਰੇ, ਮੈਂ ਤਾਂ ਇੱਥੇ ਦਾ ਜੰਮ ਪਲਿਆ, ਮੈਨੂੰ ਤਾਂ ਇਕੱਲੇ ਇਕੱਲੇ ਪਿੰਡ ਦਾ ਪਤਾ, ਇਕੱਲੇ ਇਕੱਲੇ ਸ਼ਹਿਰ ਦਾ ਪਤਾ। ਸੋ ਇਸ ਕਰਕੇ ਆਮ ਆਦਮੀ ਪਾਰਟੀ ਬੜੀ ਮਜ਼ਬੂਤ ਪਾਰਟੀ ਆ, ਜਲੰਧਰ 'ਚ ਕੰਮ ਕਰਾਉਣੇ ਆ ਅਤੇ ਸਰਕਾਰ ਨੇ ਕੰਮ ਕਰਨੇ ਆ। ਤੈਨੂੰ ਜੀ ਦੇਖਿਆ ਜਾਏ ਤਾਂ ਪਿਛਲੀ ਵਾਰ ਸੁਸ਼ੀਲ ਕੁਮਾਰ ਰਿੰਕੂ ਜੋ ਆਮ ਆਦਮੀ ਪਾਰਟੀ ਦੇ ਸਾਂਸਦ ਬਣੇ ਤੇ ਫਿਰ ਉਹ ਪਾਰਟੀ ਛੋੜ ਕੇ BJP ਮੇਂ ਸ਼ਾਮਿਲ ਹੋ ਗਿਆ, ਉਹ BJP ਸੇ ਕੈਂਡੀਡੇਟ ਹੈ, ਤਾਂ ਉਨਕੋ ਲੈ ਕੇ ਕੈਸੇ ਦੇਖਤੇ? ਦੇਖੋ, ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੇ ਔਰ ਜਲੰਧਰ ਦੇ ਵੋਟਰਸ ਨੇ ਬਹੁਤ ਇੱਕ ਉਮੀਦ ਨਾਲ ਜਿਤਾਇਆ ਸੀ, ਉਹਨਾਂ ਨੂੰ MP ਬਣਾਇਆ, ਬਹੁਤ ਵੱਡੀ ਪੋਜੀਸ਼ਨ ਹੈ MP ਅਤੇ ਸਰਕਾਰ ਵੀ ਇੱਥੇ ਆਮ ਆਦਮੀ ਪਾਰਟੀ ਦੀ ਸੀ। ਉਹ ਕੰਮ ਨਹੀਂ ਕਰ ਸਕੇ, ਉਹ ਪਤਾ ਨਹੀਂ ਕਿਹੜੇ ਚੱਕਰ 'ਚ ਘੁੰਮਦੇ ਰਹੇ। ਉਹਨਾਂ ਨੇ ਡਿਵੈਲਪਮੈਂਟ ਕਰਾਉਣ ਦੀ ਬਜਾਏ ਜਲੰਧਰ 'ਚੋਂ ਜਿਹੜੀਆਂ ਸਮਾਜਿਕ ਜਿਹੜੇ ਗੈਰ ਸਮਾਜਿਕ ਤੱਤਵ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਣ ਦੀ ਬਜਾਏ ਉਹ ਪਤਾ ਨਹੀਂ ਕਿਹੜੇ ਕੰਮ 'ਚ ਲੱਗੇ ਰਹੇ ਅਤੇ ਉਹ ਲੋਕਾਂ ਦੇ ਫਤਵੇ ਦੇ ਖਿਲਾਫ, ਆਮ ਪਾਰਟੀ ਦੇ ਵਰਕਰਾਂ ਦੇ ਉਮੀਦਾਂ ਦੇ ਖਿਲਾਫ ਜਾ ਕੇ ਉਹ BJP ਚਲੇ ਗਏ। ਬਟ ਜੇ ਜੋ ਸੀਟ ਹੈ ਉਹ ਚੈਲੇਂਜਿੰਗ ਸੀਟ ਹੋ ਗਈ ਹੈ, ਕਿਉਂਕਿ ਇੱਕ ਤਰਫ ਜੋ ਪੂਰਵ ਮੁੱਖ ਮੰਤਰੀ ਹੈ, ਦੂਸਰੀ ਤਰਫ ਸੇ ਜੋ ਆਮ ਆਦਮੀ ਪਾਰਟੀ ਸੇ ਹੀ ਸਾਂਸਦ ਬਣੇ ਥੇ ਸੁਸ਼ੀਲ ਕੁਮਾਰ ਰਿੰਕੂ। ਫਿਲਹਾਲ ਅਭੀ ਅਕਾਲੀ ਦਲ ਨੇ ਕੋਈ ਅਨਾਊਂਸਮੈਂਟ ਨਹੀਂ ਕੀ ਹੈ ਆਪਣੇ ਉਮੀਦਵਾਰ ਕੀ, ਤੋ ਐਸੇ ਮੈਂ ਕੈਸੇ ਦਿੱਤੀ, ਕੈਸੀ ਇਹ ਜੋ ਸੀਟ ਹੈ ਚੈਲੇਂਜਿੰਗ ਰਹੇਗੀ? ਦੇਖੋ, ਹਰ ਸੀਟ ਚੈਲੇਂਜਿੰਗ ਹੁੰਦੀ ਹੈ, ਲੇਕਿਨ ਜਲੰਧਰ 'ਚ ਇਹ ਸੀਟ ਆਮ ਆਦਮੀ ਪਾਰਟੀ ਜਿੱਤੇਗੀ। 80% ਤੋਂ ਵੱਧ ਤਾਂ ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਰਹੇ ਆ ਅਤੇ ਬਿਨਾਂ ਸਿਫਾਰਿਸ਼ ਤੋਂ
ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ, ਡਿਵੈਲਪਮੈਂਟ ਦੇ ਕੰਮ ਹੋ ਰਹੇ ਆ, ਪਰ ਜਿਹੜੇ ਰਹਿੰਦੇ ਆ ਕੰਮ, ਜਿਵੇਂ ਸੜਕਾਂ ਦਾ ਕੰਮ ਹੈ, ਇੱਥੇ ਕੂੜੇ ਦਾ ਕੰਮ ਹੈ, ਉਹ ਸਾਰਾ ਰਿੰਕੂ ਜੀ ਛੱਡ ਗਿਆ ਵਿੱਚੇ ਹੀ, ਡਿਊਟੀ ਨਹੀਂ ਨਿਭਾ ਕੇ ਗਏ ਆਪਣੀ, ਅਸੀਂ ਕਰਾਂਗੇ ਸਾਰੇ ਕੰਮ ਕਰਾਂਗੇ। ਆਦਮਪੁਰ ਦਾ ਫਲਾਈਓਵਰ ਆ, ਉਹ ਵੀ ਵਿੱਚੇ ਹੀ ਛੱਡ ਗਿਆ। ਸਾਲ ਸਵਾ ਸਾਲ MP ਰਹੇ, ਕੋਈ ਕੰਮ ਨਹੀਂ ਕੀਤਾ ਉਹਨਾਂ ਨੇ। ਸੋ ਇਸ ਕਰਕੇ ਇਹ ਕੰਮ ਸਾਰੇ ਅਸੀਂ ਕਰਾਵਾਂਗੇ ਅਤੇ ਆਮ ਆਦਮੀ ਪਾਰਟੀ ਨੂੰ ਲੋਕ ਇੱਥੋਂ ਜਿਤਾਉਣਗੇ।